ਮੰਚ ਤੇ ਸੱਦਾ ਦਵਾਂਗੀ ਡਾਕਟਰ ਆਰ.ਐਸ. 바ਵਾ ਨੂੰ ਜੋ ਪ੍ਰੋ ਚਾਂਸਲਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਤੇ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਮੇਰੇ ਸਹਿਯੋਗੀ ਸਚਿਨ ਕੁਮਾਰ ਓਵਰ ਟੂ ਯੂ ਸਚਿਨ ਜੀ ਅਸਾ ਸਵਾਗਤ ਹੈ ਤੁਹਾਡਾ ਐਬੀਪੀ ਸੱਜਣ ਇਸ ਮੰਚ ਤੇ ਪਰਦਾ ਪੰਜਾਬ ਕਿਉਂਕਿ ਪੜ੍ਹੇਗਾ ਪੰਜਾਬ ਤਹੀਂ ਅੱਗੇ بڑھےਗਾ ਪੰਜਾਬ ਜੀ ਪਰ এডਿਕੇਸ਼ਨ ਦੇ ਵਿੱਚ ਇਨਵੈਸਟਮੈਂਟ ਜੋ ਹੈ ਇਹ ਮੰਨਦੇ ਨੇ ਕਿ ਇਨਵੈਸਟਮੈਂਟ ਜੋ ਐਸ ਦੇ ਹਾਈਐਸਟ ਰਿਟਰਨਸ ਮਿਲਦੇ ਨੇ ਪਰ ਅਜ ਦੀ ਡੇਟ ਦੇ ਵਿੱਚ ਇਸ ਦੇ ਜੋ ਹਾਲਾਤ ਨੇ ਇਨਵੈਸਟਮੈਂਟ ਦੇ ਉਹ ਕੋਈ ਜ਼ਿਆਦਾ ਅੱਛੇ ਨਹੀਂ ਐ ਕਿਉਂਕਿ ਸਰਕਾਰਾਂ ਗ੍ਰੈਜੂਅਲੀ ਵਿਦਡਰਾਅ ਕਰ ਰਹੀਆਂ ਐ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਇਨਵੈਸਟਮੈਂਟ ਤੋਂ ਹਾਲਾਤ ਕੋਈ ਜ਼ਿਆਦਾ ਬਿਹਤਰ ਨਹੀਂ ਐ ਐਨਆਈਆਰਐਫ ਦੀ ਰੈਂਕਿੰਗਸ ਅਸੀਂ ਰੀਸੈਂਟਲੀ ਦੇਖ ਰਹੇ ਨੇ ਉਸ ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਕੀ ਹਾਲਾਤ ਰਹੇ ਨੇ ਉਹ ਵੀ ਅਸੀਂ ਦੇਖਿਆ ਖਾਸ ਕਰ ਪਬਲਿਕ ਸੈਕਟਰਸ ਦੀ ਜੋ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਤੇ 글로बली ਗੱਲ ਕਰ ਲਈਏ ਤਾਂ ਇੰਡੀਆ ਦੇ ਜਿਹੜੇ ਇੰਸਟੀਟਿਊਟਸ ਨੇ ਉਹ ਕਿੱਥੇ ਠਹਿਰਦੇ ਨੇ ਉਹ ਵੀ ਅਸੀਂ ਸਾਰੇ ਜਾਣਦੇ ਨੇ ਸਕੂਲ ਲੈਵਲ ਤੇ ਵੀ এডਿਕੇਸ਼ਨ ਦਾ ਕਮ ਵਿਸ਼ੇਹੀ ਹਾਲਾਤ ਨੇ ਸਰ ਕੀ ਹੈ ਜਨਰਲੀ ਕੁਐਸਚਨ ਮੈਂ ਕਰਾਂਗਾ ਤੁਹਾਨੂੰ ਕਿ ਬੀਇੰਗ ਐਜੂਕੇਸ਼ਨਿਸਟ ਤੁਸੀਂ ਕੀ ਸਮਝਦੇ ਹੋ ਕਿ ਕੀ ਫੈਕਟਰਸ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਅੱਜ ਦੀ ਡੇਟ ਦੇ ਵਿੱਚ এডਿਕੇਸ਼ਨ ਸੈਕਟਰ ਦੇ ਹਾਲਾਤ ਨੇ ਦੇਖੋ ਗੱਲ ਇਹ ਹੈ ਜੀ ਕਿ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੁਨਿਆਦੀ ਤੌਰ ਤੇ ਵਿਕਾਸ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਇੱਕ ਸਿੱਖਿਆ ਇੱਕ ਸੇਤ ਬਹੁਤ ਹਾਲ ਦੇ ਵਿੱਚ ਹੀ ਦੋ ਤਿੰਨ ਮਿਸਾਲਾਂ ਹੈਗੀਆਂ ਮੈਂ ਮਿਸਾਲ ਦੇ ਤੌਰ ਦੇ ਉੱਤੇ ਤਿੰਨ ਦੇਸ਼ਾਂ ਦਾ ਨਾਮ ਲਵਾਂਗਾ ਜਿਨ੍ਹਾਂ ਨੇ ਪਿਛਲੇ 15 20 ਸਾਲਾਂ ਦੇ ਵਿੱਚ ਵਿਸ਼ਵ ਪੱਧਰ ਤੇ ਕਮਾਲ ਕਰਕੇ ਵਿਖਾਈ ਹੈ ਉਹਨਾਂ ਦੇ ਵਿੱਚ ਦੋ ਨਾਂ ਤਾਂ ਤੁਸੀਂ ਬਹੁਤ ਆਮ ਸੁਨੇ ਹੋਣਗੇ ਸਿੰਗਾਪੁਰ ਔਰ ਸਾਊਥ ਕੋਰੀਆ ਤੀਸਰਾ ਨਾਂ ਤੁਹਾਨੂੰ ਹੈਰਾਨ ਕਰ ਦੇਗਾ ਬਿਹਤਰਾ ਉਹਨਾਂ ਨੇ ਆਪਣੇ ਬਜਟ ਦਾ 25 30% ਤੱਕ ਸਿੱਖਿਆ ਔਰ ਸਿਹਤ ਦੇ ਉੱਤੇ ਖਰਚ ਕੀਤਾ ਨਤੀਜੇ ਦੇ ਤੌਰ ਤੇ ਉਹ ਐਸ ਵੇਲੇ ਵਿਸ਼ਵ ਪੱਧਰ ਦੇ ਵਿੱਚ ਲੀਡਰ ਨੇ ਜਦ ਤੱਕ ਅਸੀਂ ਸਿੱਖਿਆ ਤੇ ਇਨਵੈਸਟ ਨਹੀਂ ਕਰਦੇ ਉਦੋਂ ਤੱਕ ਬਾਕੀ ਚੀਜ਼ਾਂ ਤੇ ਇਨਵੈਸਟਮੈਂਟ ਦਾ ਬਹੁਤਾ ਮਤਲਬ ਰਹਿੰਦਾ ਨਹੀਂ ਹੁਣ ਅਸੀਂ ਆਪਣੇ ਬਜਟ ਨੂੰ ਦੇਖੀਏ ਤਾਂ ਭਾਵੇਂ ਉਹ ਐਬਸੋਲਿਊਟ ਟਰਮਸ ਦੇ ਵਿੱਚ ਥੋੜਾ ਬਹੁਤ ਵੱਧਾ ਹੈ ਕੇਂਦਰੀ ਬਜਟ ਨੂੰ ਵੀ ਦੇਖੀਏ ਪਰ ਹਲੇ ਵੀ ਉਹ ਕਿਤੇ 6% ਦੇ ਮੁਕਾਬਲੇ ਜਿਹੜਾ 6% ਰਿਕੁਆਇਰਡ ਹੈ इवन ਅਮਰੀਕਾ ਦੇ ਵਿੱਚ ਇਹ ਜਿਹੜਾ ਬਜਟ ਹੈਗਾ 10% ਹੈ ਕਈ ਹੋਰ ਕੰਟਰੀਜ਼ ਆ ਜਿਹੜੇ 50 50% ਤੱਕ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗਾ ਫਿਨਲੈਂਡ ਦੀ ਫਿਨਲੈਂਡ ਦੇ ਵਿੱਚ ਪੂਰੀ ਦੀ ਪੂਰੀ ਸਿੱਖਿਆ ਫ੍ਰੀ ਹੈ ਯੂਨੀਵਰਸਿਟੀ ਤੱਕ ਜਰਮਨੀ ਦੇ ਵਿੱਚ इवन ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਆ ਜਿਹੜੇ ਆਪਣੇ ਵਿਦਿਆਰਥੀ ਉੱਥੇ ਜਾ ਕੇ ਪੜ੍ਹਨਗੇ ਉਹਨਾਂ ਦੀ ਸਿੱਖਿਆ ਵੀ ਫ੍ਰੀ ਹੈ ਉੱਥੇ ਆਫਕੋਰਸ ਸਿਲੈਕਸ਼ਨ ਬਹੁਤ ਔਖੀ ਹੈ ਉਹ ਅਗਰ ਤੁਹਾਨੂੰ ਸਿਲੈਕਟ ਕਰ ਲੈਂਦੇ ਆ ਤਾਂ ਉਹ ਤੋਂ ਫੀਸ ਨਹੀਂ ਲੈਣਗੇ ਸੋ ਅਸੀਂ ਵੱਡਾ ਦੇਸ਼ ਹੈ ਵਿਸ਼ਾਲ ਦੇਸ਼ ਹੈ ਇਹਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਵੀ ਹੈ ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਸੌਖਾ ਹੈ ਪਰ ਮੈਨੂੰ ਲੱਗਦਾ ਹੈ ਕਿ ਜਦ ਤੱਕ ਅਸੀਂ ਸਿੱਖਿਆ ਦੇ ਉੱਤੇ ਬਹੁਤ ਧਿਆਨ ਨਹੀਂ ਦਿੰਦੇ ਤਾਂ ਸਾਨੂੰ ਬਾਕੀ ਖੇਤਰਾਂ ਦੇ ਵਿੱਚ ਵੀ ਚੈਲੰਜਸ ਜਿਹੜੇ ਨੇ ਚੁਣੌਤੀਆਂ ਰਹਿਣਗੀਆਂ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਅਗਰ ਅਸੀਂ ਗੱਲ ਕਰੀਏ ਤਾਂ ਸਕੂਲੀ ਸਿੱਖਿਆ ਮੇਰੇ ਸਾਹਮਣੇ ਬੱਚੇ ਸੀਗੇ ਮੈਨੂੰ ਬਹੁਤ ਚੰਗਾ ਲੱਗਿਆ ਇੱਕ ਦੋ ਸਰਕਾਰੀ ਸਕੂਲਾਂ ਦੇ ਬੱਚੇ ਵੀ ਹੈ ਔਰ ਇੱਕ ਜਿਹੜਾ ਇੱਕ ਦੋ ਪਿੰਡੂ ਸਕੂਲਾਂ ਦੇ ਬੱਚੇ ਵੀ ਹੈ ਪਰ ਅਗਰ ਅਸੀਂ ਪੇਂਡੂ ਸਿੱਖਿਆ ਦੀ ਗੱਲ ਕਰੀਏ ਤਾਂ ਇੱਕ ਦੋ ਸਾਲ ਦੀ ਗੱਲ ਨਹੀਂ ਹੈ ਮੈਂ ਸਿੱਖਿਆ ਜਗਤ ਨਾਲ ਜੁੜਿਆ ਹੋਇਆ ਪਿਛਲੇ 50 ਸਾਲ ਤੋਂ ਸਾਡੇ ਕੋਲੇ ਬੱਚੇ ਆਉਂਦੇ ਆ ਉਹਨਾਂ ਦੀ ਵੀ ਸਾਨੂੰ ਪਤਾ ਲੱਗਦਾ ਕਿ ਉਹਨਾਂ ਦੀ ਕੀ ਹਾਲਤ ਹੈ ਕੀ ਕਰਦੇ ਆ ਉਹ ਤਾਂ ਸਕੂਲਾਂ ਦੇ ਵਿੱਚ ਜਿਹੜੇ ਥੋੜੇ ਬਹੁਤ ਰਸੂਖ ਵਾਲੇ ਬੰਦੇ ਆ ਅਧਿਆਪਕ ਆ ਜਿਹੜੇ ਅਧਿਆਪਕ ਸਾਥੀ ਬੈਠੇ ਬੁਰਾ ਨਾ ਮੰਨਿਓ ਉਹਨਾਂ ਨੇ ਵਿਦ ਪੋਸਟ ਟ੍ਰਾਂਸਫਰ ਕਰਾਈਆਂ ਪਿੰਡਾਂ ਦੇ ਵਿੱਚ ਉਹ ਪੋਸਟ ਸਮੇਤ ਟਰਾਂਸਫਰ ਕਿਉਂਕਿ ਪੋਸਟ ਹੈ ਨਹੀਂ ਸੀ ਸ਼ਹਿਰ 'ਚ ਰਸੂਖ ਸੀਗਾ ਤਾਂ ਉਹਨਾਂ ਨੇ ਟਰਾਂਸਫਰ ਕਰਾ ਲਈ ਨਤੀਜੇ ਦੇ ਤੌਰ ਤੇ ਕਈ ਪਿੰਡੂ ਸਕੂਲਾਂ ਦੇ ਵਿੱਚ ਸਾਇੰਸ ਹੀ ਹੈ ਨਹੀਂ ਮੈਥ ਨਹੀਂ ਹੈਗਾ ਫਿਜ਼ਿਕਸ ਨਹੀਂ ਹੈਗੀ ਕੈਮਿਸਟਰੀ ਕਿਉਂਕਿ ਉਹ ਜਿਹੜਾ ਬੰਦਾ ਸੀ ਬਾਇਓਲੋਜੀ ਨਹੀਂ ਹੈਗੀ ਉਹਨਾਂ ਨੇ ਟਰਾਂਸਫਰ ਕਰਾ ਲਈ ਸੋ ਮੈਨੂੰ ਲੱਗਦਾ ਹੈ ਕਿ ਬੁਨਿਆਦੀ ਤੌਰ ਤੇ ਕੁਝ ਸੁਧਾਰਾਂ ਦੀ ਲੋੜ ਹੈ ਮੈਂ ਸਕੂਲੀ ਸਿੱਖਿਆ ਤੋਂ ਸ਼ੁਰੂ ਕਰੂੰਗਾ 1 ਮਿੰਟ 2 ਮਿੰਟ ਹੋਰ ਲਵਾਂਗਾ ਸਕੂਲ ਦੇ ਵਿੱਚ ਬڑے ਸਾਲ ਸਾਰੇ ਸਾਥੀ ਮੇਰੇ ਬੈਠੇ ਆ ਜਿਹੜੇ ਆਮ ਲੋਕਾਂ ਨੂੰ ਵੀ ਪਤਾ ਹੈ ਇਹ ਕਿ ਸਭ ਤੋਂ ਵੱਡਾ ਜਿਹੜਾ ਲੋਕਲੀ ਚੈਲੰਜ ਹੈ ਉਹ ਬਦਲੀਆਂ ਬਦਲੀ ਇੱਕ ਸਕੂਲ ਤੋਂ ਦੂਜੇ 'ਚ ਬਦਲੀ ਕਰਾਉਣੀ ਹੈ ਉਹਦੇ ਲਈ ਤੁਸੀਂ ਕਿੱਥੇ ਕਿੱਥੇ ਜਾਣੇ ਹੋ ਕਿਹਦੀ ਕਿਹਦੀ ਸਿਫਾਰਿਸ਼ ਪਾਉਣੀ ਪੈਂਦੀ ਹੈ ਕ੍ਰਾਈਟੇਰੀਆ ਨਹੀਂ ਬਣਾਈ ਨਹੀਂ ਸਕਦਾ ਕੋਈ ਬੰਦਾ ਕਹੇ ਜੀ ਮੈਂ ਕ੍ਰਾਈਟੇਰੀਆ ਬਣਾ ਦੂੰਗਾ ਕਿ ਭਈ ਆ ਪਾਲਿਸੀ ਹੋਊਗੀ ਆ ਨੀਤੀ ਬੜੀ ਫੇਅਰ ਹੋਊਗੀ ਹੋ ਹੀ ਨਹੀਂ ਸਕਦੀ ਮੈਂ ਬੜੀ ਵਾਰੀ ਇਹ ਸੁਝਾਅ ਦਿੰਦਾ ਹੈ ਕਿ ਜਦੋਂ ਅਸੀਂ ਯੂਨੀਵਰਸਿਟੀ 'ਚ ਭਰਤੀ ਕਰਦੇ ਹਾਂ ਇੰਨੀਆਂ ਯੂਨੀਵਰਸਟੀਆਂ ਤਾਂ ਅਸੀਂ ਭਰਤੀ ਕਰਦੇ ਹਾਂ ਇੱਕ ਪੋਸਟ ਲਈ ਇੱਕ ਥਾਂ ਤੇ ਲੁਧਿਆਣੇ ਦਾ ਕਾਲਜ ਹੈ ਗਵਰਨਮੈਂਟ ਕਾਲਜ ਗਵਰਨਮੈਂਟ ਕਾਲ ਲੁਧਿਆਣੇ ਲਈ ਭਰਤੀ ਹੋਏਗੀ ਲੁਧਿਆਣੇ ਚ ਹੀ ਹੋ ਰਹਿਗਾ ਟਰਾਂਸਫਰ ਨਹੀਂ ਹੋ ਸਕਦੀ ਅਗਰ ਉਹਨੇ ਬਠਿੰਡੇ ਜਾਣਾ ਜੋ ਬਠਿੰਡੇ ਪੋਸਟ ਖਾਲੀ ਹੋ ਗਈ ਹੈ ਪ్రਾਈ ਕਰ ਲੈ ਬਾਈ ਕੈਨਟ ਬੀ ਡੂ ਥਿਸ ਅਸੀਂ ਇਹ ਕਿਉਂ ਨਹੀਂ ਕਰ ਸਕਦੇ ਅਸੀਂ ਜਿਹੜਾ ਸਕੂਲ ਹੈ ਭਾਵੇਂ ਉਹ ਸਕੂਲ ਲੈਟ ਸੇ ਅਟਾਰੀ ਦਾ ਸਕੂਲ ਹੈ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਟੀਚਰ ਨੂੰ ਕਿ ਮੈਂ ਅਟਾਰੀ ਭਰਤੀ ਹੋ ਰਿਹਾ ਮੈਂ ਇੱਥੋਂ ਹੀ ਰਿਟਾਇਰ ਹੋਣਾ ਹੈ ਅਗਰ ਤੁਸੀਂ ਧਿਆਨ ਚ ਰੱਖਣਾ ਹੈ ਕਈ ਵਾਰੀ ਸਾਡੇ ਪੈਣਾ ਹੈਗੀਆਂ ਬੇਟੀਆਂ ਹੈਗੀਆਂ ਉਹ ਸ਼ਾਦੀ ਤੋਂ ਬਾਅਦ ਉਹਨੂੰ ਟਰਾਂਸਫਰ ਕਰਨੀ ਪੈਂਦੀ ਹੈ ਕਿਤੇ ਜਾਣਾ ਪੈਂਦਾ ਇੱਕ ਅਦਾ ਕ੍ਰਾਈਟੇਰੀਆ ਰੱਖ ਲਓ ਵੀ ਜ਼ਿੰਦਗੀ 'ਚ ਇੱਕ ਟਰਾਂਸਫਰ ਹੋਊਗੀ ਉਹਦੇ ਆ ਕਾਰਨ ਹੋਣਗੇ ਉਦੋਂ ਬਿਨਾਂ ਟਰਾਂਸਫਰ ਨਹੀਂ ਹੋ ਸਕਦੀ ਅਗਰ ਮੈਂ ਅਟਾਰੀ ਤੋਂ ਜਲੰਧਰ ਆਉਣਾ ਹੈ ਤਾਂ ਜਲੰਧਰ ਦੀ ਪੋਸਟ ਐਡਵਰਟਾਈਜ਼ ਹੋਊਗੀ ਉਹਦੇ ਤੁਸੀਂ ਕੰਪਲੀਟ ਕਰੋ ਅਗਰ ਤੁਸੀਂ ਸਿਲੈਕਟ ਹੋ ਜਾਣੇ ਹੋ ਆ ਜਾਓ ਆਦਰਵਾਇਜ਼ ਉੱਥੇ ਰਹੋ ਪਹਿਲਾ ਜਿਹੜਾ ਅਗਰ ਅਸੀਂ ਇਹ ਨਹੀਂ ਕਰਾਂਗੇ ਤਾਂ ਪਿੰਡਾਂ ਦੇ ਸਕੂਲਾਂ ਦੇ ਵਿੱਚ ਲੋਕਾਂ ਨੂੰ ਰਹਿਣ ਲਈ ਇਨਸੈਂਟਿਵ ਵੀ ਨਹੀਂ ਹੈ ਦੂਸਰੀ ਗੱਲ ਇਹਦੇ ਨਾਲ ਨਾਲ ਕਿ ਪਿੰਡੂ ਖੇਤਰ ਦੇ ਵਿੱਚ ਅਧਿਆਪਕਾਂ ਨੂੰ ਰੱਖਣ ਲਈ ਸਕੂਲਾਂ ਨੂੰ ਵਿਕਸਿਤ ਕਰਨ ਲਈ ਜਿੱਥੇ ਉੱਥੇ ਬੁਨਿਆਦੀ ਢਾਂਚਾ ਦੇਣ ਦੀ ਲੋੜ ਹੈ ਉੱਥੇ ਸਰਵਪੱਖੀ ਵਿਕਾਸ ਵੀ ਕਰਨ ਦੀ ਲੋੜ ਹੈ ਤੁਸੀਂ ਦੇਖੋਗੇ ਅਗੇ ਮੇਰੇ ਅਧਿਆਪਕ ਸਾਥੀ ਬੈਠੇ ਆ ਬੁਰਾ ਨਾ ਮੰਨਿਓ ਕਿੰਨੇ ਅਧਿਆਪਕ ਹੈ ਸਰਕਾਰੀ ਸਕੂਲਾਂ ਦੇ ਜਿਨੇ ਆਪਣੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ ਇਹ ਤਾਂ ਉਹ ਗੱਲ ਹੋ ਗਈ ਕਿ ਜਿਹੜਾ ਹੋਟਲ ਹੈ ਉਹਦਾ ਮੈਨੇਜਰ ਖਾਣਾ ਖਾਨ ਦੂਜੇ ਹੋਟਲ ਚ ਲੱਜ ਜਾਏ ਤੋ ਫਿਰ ਆਪਣੇ ਹੋਟਲ ਦੀ ਉਹਦੀ ਕੀ ਕ੍ਰੈਡੀਬਿਲਟੀ ਹੈ ਤਾਂ ਮੈਂ ਮਜ਼ਾਕ ਚ ਕਈ ਵਾਰੀ ਕਹਿੰਦਾ ਰਿਹਾ ਅੱਗੇ ਕਿ ਵੀ ਇਹ ਅਧਿਆਪਕਾਂ ਲਈ ਇਹ ਲਾਜ਼ਮੀ ਕਰ ਦੇਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਉੱਥੇ ਹੀ ਪੜਨਗੇ ਜਿਹੜੇ ਸਕੂਲ ਚੋਂ ਪੜਾਉਂਦਾ ਹੈ ਮੈਂ ਮਜ਼ਾਕ ਚ ਕਹਿ ਰਿਹਾ ਕਿਉਂਕਿ ਆਪਾਂ ਫੋਰਸ ਨਹੀਂ ਕਰ ਸਕਦੇ ਮੈਂ ਮਿਸਾਲ ਦੇ ਰਿਹਾ ਸੋ ਜਦ ਤੱਕ ਅਸੀਂ ਔਰ ਮੈਜੋਰਟੀ ਬੱਚੇ ਹਲੇ ਵੀ ਪਿੰਡਾਂ ਚ ਵੀ ਹੁਣ ਪ੍ਰਾਈਵੇਟ ਸਕੂਲ ਖੁੱਲ ਗਏ ਅਸੀਂ ਲੋਕ ਪ੍ਰੈਫਰ ਕਰ ਲੈਣੇ ਕਈ ਵਾਰੀ ਪ੍ਰਾਈਵੇਟ ਸਕੂਲ ਕਿਉਂ ਸਰਕਾਰ ਨੂੰ ਸਭ ਤੋਂ ਪਹਿਲਾਂ ਔਰ ਪੰਜਾਬ ਦੇ ਬਾਰੇ ਮੈਂ ਅਗਰ ਗੱਲ ਕਰਾਂ ਮੈਂ ਖਤਮ ਕਰੂੰਗਾ ਤੁਸੀਂ ਫਿਰ ਹੋਰ ਸਵਾਲ ਪੁੱਛ ਰਹੇ ਹੋ ਸਾਡਾ ਜਿਹੜਾ ਉਚੇਰੀ ਸਿੱਖਿਆ ਹਾਇਰ এডਿਕੇਸ਼ਨ ਹੈ ਉਹ ਫਿਰ ਵੀ ਕੰਪੇਰੇਬਲ ਹੈ ਕਾਫੀ ਸਟੇਟਸ ਨਾਲੋਂ ਵਧੀਆ ਹੈ ਲੇਕਿਨ ਸਾਡੀ ਸਕੂਲੀ ਸਿੱਖਿਆ ਜਿਹੜੀ ਹੈ ਵਿਸ਼ੇਸ਼ ਕਰਕੇ ਪਿੰਡੂ ਇਲਾਕੇ ਦੀ ਸਕੂਲੀ ਸਿੱਖਿਆ ਉਹਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਮੈਨੂੰ ਲੱਗਦਾ ਕਿ ਉੱਤੇ ਬਹੁਤ ਕੰਮ ਕਰਨ ਦੀ ਲੋੜ ਹੈ ਡਾਕਟਰ ਸਾਹਿਬ ਪਬਲਿਕ ਸਪੈਂਡਿੰਗ ਤੁਸੀਂ ਗੱਲ ਕੀਤੀ ਹੈ ਤੁਸੀਂ ਤਿੰਨਾਂ ਕੰਟਰੀਜ਼ ਦਾ ਐਗਜ਼ਾਮਪਲ ਵੀ ਦਿੱਤਾ ਹੈ ਵੀਅਤਨਾਮ ਸਾਊਥ ਕੋਰੀਆ ਉਹਨਾਂ ਦਾ ਐਗਜ਼ਾਮਪਲ ਦਿੱਤਾ ਹੈ ਪਬਲਿਕ ਸਪੈਂਡਿੰਗ ਕਿਉਂਕਿ ਆਰਥਿਕ ਹਾਲਾਤ ਜੋ ਹੈ ਕਿਸੇ ਤੇ ਛੁਪੇ ਨਹੀਂ ਹੈ ਸਾਰਿਆਂ ਨੂੰ ਪਤਾ ਹੈ ਸਾਡੇ ਪੰਜਾਬ ਦੇ ਵੀ ਜਾਂ ਦੇਸ਼ ਦੇ ਵੀ ਤੇ ਉਸ ਮਾਹੌਲ ਦੇ ਵਿੱਚ ਇੰਨਾ ਜ਼ਿਆਦਾ ਸੇ 10% ਜਾਂ 15% ਆਫ ਦਾ ਬਜਟ ਐਜੂਕੇਸ਼ਨ ਤੇ ਸਪੈਂਡ ਕਰਨਾ ਕੀ ਕੋਈ ਸਰਕਾਰ ਇਸ ਤਰੀਕੇ ਦਾ ਉਹ ਕਰ ਸਕਦੀ ਹੈ ਕਿ ਇੰਨੇ ਡਿਵੀਡੈਂਡਸ ਜੋ ਨੇ ਰਿਟਰਨਸ ਜੋ ਨੇ ਇਸ ਦੇ ਲੌਂਗ ਰਨ ਤੇ ਵਿੱਚ ਉਹ ਮਿਲ ਸਕਦੇ ਨੇ ਨਹੀਂ ਦੇਖੋ ਮੈਨੂੰ ਵੀ ਪਤਾ ਹੈ ਕਿ ਜਿਸ ਤਰ੍ਹਾਂ ਦਾ ਸਾਡੇ ਸਾਈਜ਼ ਹੈ ਹੁਣ ਅਸੀਂ ਜਨਸੰਖਿਆ ਦੇ ਮੁਤਾਬਕ ਵਿਸ਼ਵ ਦੀ ਸਭ ਤੋਂ ਜ਼ਿਆਦਾ ਪਾਪੂਲੇਟਿਡ ਕੰਟਰੀ ਬਣ ਗਿਆ ਸਭ ਤੋਂ ਜ਼ਿਆਦਾ ਸਾਡੀ ਜਨਸੰਖਿਆ ਹੈ ਤਾਂ ਸ਼ਾਇਦ ਸਾਰੇ ਦਾ ਸਾਰਾ ਦਾ ਜਿਹੜਾ ਸਰਕਾਰੀਕਰਨ ਨਹੀਂ ਹੋ ਸਕਦਾ ਮੇਰਾ ਸਿਰਫ ਇਨਾ ਕਹਿਣਾ ਹੈ ਕਿ ਜਿੰਨੇ ਸਰਕਾਰੀ ਸਕੂਲ ਹੈ ਇੱਕ ਤਾਂ ਇਹ ਫੈਸਲਾ ਕੀਤਾ ਜਾਵੇ ਕਿ ਹੋਰ ਨਵਾਂ ਸਰਕਾਰੀ ਕਾਲਜ ਸਕੂਲ ਨਾ ਖੋਲਿਆ ਜਾਵੇ ਜਦ ਤੱਕ ਪੁਰਾਣਿਆਂ ਦੀ ਹਾਲਤ ਸੁਧਾਰੀ ਨਹੀਂ ਜਾ ਸਕਦੀ ਉਹਨਾਂ ਨੂੰ ਦੂਜਿਆਂ ਦਾ ਮੁਕਾਬਲਾ ਕਰਨ ਦੀ ਯੋਗਤਾ ਬਣਾਈਏ ਅਸੀਂ ਉਹਦੇ ਲਈ ਚੁਣੌਤੀ ਕੀ ਹੈ ਚੁਣੌਤੀ ਹੈ ਕਿ ਜਿਹੜਾ ਅਧਿਆਪਕਾਂ ਦੀ ਚੋਣ ਹੈ ਉਹ ਫੇਰ ਹੋਵੇ ਦੂਜੀ ਗੱਲ ਜਿਹੜੀ ਮੈਂ ਕਹੀ ਕਿ ਅਧਿਆਪਕ ਨੂੰ ਇਹ ਪਤਾ ਹੋਵੇ ਕਿ ਮੈਂ ਇੱਥੇ ਰਹਿ ਕੇ ਇਹ ਇਨ੍ਹਾਂ ਬੱਚਿਆਂ ਨਾਲ ਹੀ ਪੜਾਉਣਾ ਹੈ ਬੜਾ ਫਰਕ ਪਵੇਗਾ ਜਦੋਂ ਮੈਂ ਇੱਕ ਥਾਂ ਤੇ ਤੁਸੀਂ ਮੈਨੂੰ ਭਰਤੀ ਕਰਤਾ ਮੇਰਾ ਉੱਥੇ ਮਨ ਹੀ ਨਹੀਂ ਲੱਗ ਰਿਹਾ ਮੈਂ ਤਾਂ ਇਸ ਕਰਕੇ ਗਿਆ ਵੀ ਸਰਕਾਰੀ ਨੌਕਰੀ ਲੈਣੀ ਹੈ ਜਦੋਂ ਮੇਰਾ ਦਾ ਲੱਗੂਗਾ ਮੈਂ ਸ਼ਿਫਟ ਕਰਕੇ ਜਲੰਧਰ ਆ ਜਾਊਂਗਾ ਜਾਂ ਮੈਂ ਚੰਡੀਗੜ੍ਹ ਆ ਜਾਊਂਗਾ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਕਿੰਨੇ ਸਾਰੇ ਲੋਕ ਐ ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਟਰਾਂਸਫਰ ਕਰਾਈਆਂ ਇਹ ਕਾ ਰਿਕਾਰਡ ਤੇ ਐ ਉਹਦੇ ਚ ਮੈਂ ਕਿਸੇ ਦਾ ਨਾ ਨਹੀਂ ਲਊਂਗਾ ਕਿਹੜੀ ਕੈਟੇਗਰੀ ਦੇ ਲੋਕ ਐ ਉਹ ਜਿਹੜੇ ਪਹਿਲਾਂ ਪੰਜਾਬ 'ਚ ਜਾਂ ਹਰਿਆਣਾ 'ਚ ਜਾਂ ਕਿਤੇ ਕੰਮ ਕਰਦੇ ਸੀ ਜਦੋਂ ਉਹਨਾਂ ਦੀ ਪੋਸਟਿੰਗ ਇੱਥੇ ਹੋ ਗਈ ਉਹਨਾਂ ਨੇ ਟਰਾਂਸਫਰ ਕਰਾ ਲਈ ਵਿਦਿਪੋਸਟ ਤਾਂ ਇਹ ਸਾਰਾ ਕੁਝ ਜਿਹੜਾ ਐ ਅਲਟੀਮੇਟਲੀ ਬੱਚਿਆਂ ਦੇ ਹਿੱਤ ਦੇ ਖਿਲਾਫ ਐ ਅਪਾਕਿਸਤ ਇਹ ਇਲਜ਼ਾਮ ਨਹੀਂ ਲਾ ਸਕਦੇ ਕਿਉਂਕਿ ਪ੍ਰਣਾਲੀ ਹੈ ਕਿ ਸਿਸਟਮ ਹੈ ਸਿਸਟਮ ਨੂੰ ਬਦਲਣ ਦੀ ਲੋੜ ਹੈ ਜਦ ਤੱਕ ਸਕੂਲੀ ਸਿੱਖਿਆ ਨੂੰ ਅਸੀਂ ਮਜ਼ਬੂਤ ਨਹੀਂ ਕਰ ਲੈਂਦੇ ਉਦੋਂ ਤੱਕ ਸਾਡੇ ਲਈ ਬਹੁਤ ਮੁਸ਼ਕਲ ਹੋਣ ਵਾਲੀ ਹੈ ਇੱਕ ਮੈਂ ਇਹਦੇ ਤੁਸੀਂ ਫਰਾਂਸ ਸਿੰਘ ਦੀ ਗੱਲ ਕੀਤੀ ਹੈ ਮੈਂ ਕਦੀ ਵੀ ਨਹੀਂ ਕਹੂੰਗਾ ਕਿ ਤੁਸੀਂ ਸਾਰੀਆਂ ਸੋਸ਼ਲ ਸਕੀਮਾਂ ਬੰਦ ਕਰਕੇ ਤੁਸੀਂ ਐਜੂਕੇਸ਼ਨ ਤੇ ਲਾ ਦਿਓ ਪਰ ਜਿੰਨਾ ਪੈਸਾ ਐਜੂਕੇਸ਼ਨ ਹੀ ਰੱਖਿਆ ਗਿਆ ਉਹਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਔਰ ਐਗਜ਼ਿਸਟਿੰਗ ਸਕੂਲਾਂ ਨੂੰ ਪਹਿਲਾਂ ਸਟ੍ਰੈਂਥਨ ਕੀਤਾ ਜਾਵੇ ਨਵੇਂ ਹੁਣ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਕਈ ਨਵੀਆਂ ਯੂਨੀਵਰਸਟੀਆਂ ਖੋਲੀਆਂ ਸਰਕਾਰ ਨੇ ਪਹਿਲਾਂ ਜਿਹੜੀਆਂ ਯੂਨੀਵਰਸਟੀਆਂ ਗੁਰਨਾੜਕ ਦੇਵ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਹੈ ਹੋਰ ਯੂਨੀਵਰਸਟੀਆਂ ਉਹਨਾਂ ਲਈ ਬਜਟ ਹੀ ਨਹੀਂ ਹੈ ਕਿੰਨੇ ਪਰਸੈਂਟ ਬਜਟ ਦਾ ਸਰਕਾਰ ਦੇ ਰਹੀ ਹੈ ਮੇਰੇ ਖਿਆਲ ਨਾਲ ਇਸ ਵੇਲੇ ਅਗਰ ਮੈਂ ਸਹੀ ਹਾਂ ਤਾਂ 20 ਤੋਂ 25 ਪਰਸੈਂਟ ਵੀ ਨਹੀਂ ਉਸ ਬਜਟ ਦਾ ਸਰਕਾਰ ਦੇ ਰਹੀ ਤੇ ਨਵੀਂ ਯੂਨੀਵਰਸਿਟੀ ਕਾਇਰਵੈਦਿਕ ਯੂਨੀਵਰਸਿਟੀ ਹੈ ਇੱਕ ਫਲਾਨੀ ਯੂਨੀਵਰਸਿਟੀ ਹੈ ਇੱਕ ਟਿਮਕਾਣੀ ਯੂਨੀਵਰਸਿਟੀ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਯੂਨੀਵਰਸਟੀਆਂ ਦੀ ਲੋੜ ਕੀ ਹੈ ਜਦ ਤੱਕ ਸਾਡੇ ਕੋਲ ਐਗਜ਼ਿਸਟਿੰਗ ਯੂਨੀਵਰਸਟੀਆਂ ਦੇ ਲਈ ਸਾਡੇ ਕੋਲ ਪੈਸੇ ਨਹੀਂ ਹੈ ਨਵੀਂ ਯੂਨੀਵਰਸਿਟੀ ਖੋਲਣ ਦਾ ਮਤਲਬ ਹੀ ਨਹੀਂ ਕੋ ਬਣਦਾ ਸੀ ਅਸੀਂ ਯੂਨੀਵਰਸਟੀਆਂ ਥਾ ਥਾ ਦੇ ਬਣਾਤੀਆਂ ਉਹਨਾਂ ਨੂੰ ਨਾ ਫਾਈਨਾਂਸਿੰਗ ਹੈ ਨਾ ਉੱਥੇ ਟੀਚਰਸ ਹੈ ਤੁੱਕ ਪ੍ਰੋਬਲਮ ਹੋਰ ਜ਼ਿਆਦਾ ਕੰਪਲਿਕੇਟ ਹੋ ਰਹੀ ਹੈ ਹਮਮ ਜੀ ਸਰ ਇਹ ਇਸ ਦੇ ਵਿੱਚ ਕਿਉਂਕਿ ਅਸੀਂ ਪਬਲਿਕ ਸਪੈਂਡਿੰਗ ਦੀ ਗੱਲ ਕਰ ਰਹੇ ਹਾਂ ਤੇ ਸਰਕਾਰਾਂ ਦੇ ਰੋਲ ਦੀ ਅਸੀਂ ਬੇਸਿਕਲੀ ਗੱਲ ਕਰ ਰਹੇ ਨੇ ਕਿ ਸਟੇਟ ਕਿੱਦਾਂ ਇਸ ਦੇ ਵਿੱਚ ਇੰਟਰਵੈਨ ਕਰ ਸਕਦਾ ਬਜਟ ਵੜਾ ਕੇ ਪੰਜਾਬ ਦੇ ਵਿੱਚ ਰਿਜੀਮ ਚੇਂਜ ਹੋਇਆ ਹੈ ਤੇ ਜਿਹੜੀ ਸਰਕਾਰ ਬਣੀ ਹੈ ਜਿਸ ਪੋਲਿਟੀਕਲ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਮੈਂਡੇਟ ਦਿੱਤਾ ਹੈ ਉਹਨਾਂ ਦਾ ਵੀ ਇੱਕ ਬਹੁਤ بڑا ਕਮਿਟਮੈਂਟ ਜੋ ਹੈ ਐਜੂਕੇਸ਼ਨ ਨੂੰ ਲੈ ਕੇ ਸੀਗੀ ਕਿ ਅਸੀਂ ਐਜੂਕੇਸ਼ਨ ਤੇ ਹੈਲਥ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਸਰਕਾਰ ਉਸ ਰਾਈਟ ਟਰੈਕ ਤੇ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਨੇ ਕਿ ਪਬਲਿਕ ਸਪੈਂਡਿੰਗ ਜੋ ਹੈ ਵਧਾਣੀ ਚਾਹੀਦੀ ਸਟੇਟ ਦੀ ਇੰਟਰਵੈਂਸ਼ਨ ਜੋ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਖਾਸ ਕਰ ਪ੍ਰਾਇਮਰੀ ਐਜੂਕੇਸ਼ਨ ਦੇਖੋ ਮੈਨੂੰ ਲੱਗਦਾ ਹੈ ਕਿ ਸੇਦ ਸਾਬਾਮਦ ਦੇ ਬਾਰੇ ਜੇ ਤਾਂ ਉਹਨਾਂ ਨੇ ਬਹੁਤ ਵਧੀਆ ਪਹਿਲ ਕਦਮ ਕੀਤੇ ਹਨ ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਸਾਰੀਆਂ ਉਹਨਾਂ ਨੇ ਕੁਝ ਅਨਾਉਂਸਮੈਂਟਸ ਕੀਤੀਆਂ ਪਰ ਮੈਨੂੰ ਲੱਗਦਾ ਹੈ ਕਿ ਇਹ ਇਸ ਸਮੱਸਿਆ ਨੂੰ ਹਲੇ ਤਾਂ ਸ਼ੁਰੂਆਤ ਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਉਹ ਇਹਨਾਂ ਚੈਲੰਜਸ ਨੂੰ ਐਕਸੈਪਟ ਕਰਨਗੇ ਔਰ ਇਹਦੇ ਵਿੱਚ ਬਹੁਤ ਸਾਰੇ ਸੁਝਾਅ ਹੈਗੇ ਜਿਹੜੇ ਦਿੱਤੇ ਜਾ ਸਕਦੇ ਆ ਸਕੂਲੀ ਸਿੱਖਿਆ ਨਵੀਂ এডਿਊਕੇਸ਼ਨ ਪਾਲਿਸੀ ਹੈ ਨੀਤੀ ਆ ਰਹੀ ਹੈ ਅਸੀਂ ਮੈਂ ਆਪਣਾ ਤਜਰਬਾ ਦੱਸਦਾ ਕਿ ਮੈਂ ਇੰਜੀਨੀਅਰਿੰਗ ਕਾਲਜ ਵੀ ਰਿਹਾ ਮੈਂ ਯੂਨੀਵਰਸਿਟੀ 'ਚ ਵੀ ਆ ਜਿਹੜੇ ਬੱਚੇ ਪਲੱਸ 2 ਕਰਕੇ ਆਉਂਦੇ ਆ ਉਹਨਾਂ ਦੀਆਂ 2-3 ਬਹੁਤ ਸਾਰੀਆਂ ਬੁਨਿਆਦੀ ਕਮਜ਼ੋਰੀਆਂ ਆ ਅੱਜ ਹੀ ਮੇਰੇ ਕੋਲੇ ਇੱਕ ਐਚਸੀਐਲ ਦਾ ਰਿਪਰੈਜ਼ੈਂਟੇਟਿਵ ਆਸੀ ਯੂਨੀਵਰਸਿਟੀ ਚ ਉਹ ਕਹਿ ਰਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਜਿਦੇ ਕੋਲ ਕਮਿਊਨੀਕੇਸ਼ਨ ਸਕਿੱਲ ਨਹੀਂ ਹੈਗੇ ਉਹ ਜਿੰਨਾ ਮਰਜੀ ਵੱਡਾ ਪ੍ਰੋਗਰਾਮਰ ਹੋਵੇ ਅਸੀਂ ਉਹਨੂੰ ਰੱਖਣਾ ਹੀ ਨਹੀਂ ਕਿਉਂਕਿ ਪ੍ਰੋਗਰਾਮਿੰਗ ਤਾਂ ਹੁਣ ਤੁਹਾਡਾ ਕੰਪਿਊਟਰ ਕਰ ਦੂਗਾ ਆਪਣੇ ਆਪ ਹੀ ਬਿਲਕੁਲ ਏਆਈ ਆ ਗਈ ਹੈ ਏਆਈ ਦੇ ਵਿੱਚ ਤੁਸੀਂ ਇੱਕ ਪ੍ਰੋਗਰਾਮ ਦਿਖਾ ਦਿਓ ਉਹ 36 ਪ੍ਰੋਗਰਾਮ ਉਹਦੇ ਵਰਗੇ ਤੁਹਾਨੂੰ ਬਣਾ ਕੇ ਦੇ ਦੂਗਾ ਤਾਂ ਇਹ ਬੜੀ ਵੱਡੀ ਇੱਕ ਕਮਜ਼ੋਰੀ ਹੈ ਬੱਚਿਆਂ ਚ ਦੂਸਰੀ ਜਿਹੜੀ ਕਮਜ਼ੋਰੀ ਹੈ ਉਹ ਮੈਥਮੈਟਿਕਸ ਦੀ ਹੈ ਅਰਥਮੈਟਿਕ ਜਿਹੜਾ ਹੈ ਜਾਂ ਮੈਥਮੈਟਿਕਸ ਹੈ ਉਹ ਤੋਂ ਬਹੁਤ ਸਾਰੇ ਬੱਚੇ ਡਰਦੇ ਆ ਪਰ ਆਪਣੀ ਇੱਛਾ ਕਰਕੇ ਜਾਂ ਮਾਪਿਓ ਦੇ ਕਹਿਣ ਤੇ ਉਹ ਇੰਜੀਨੀਅਰਿੰਗ ਜੋਇਨ ਕਰ ਲੈਂਦੇ ਆ ਜਿੰਨੇ ਵੀ ਇੱਥੇ ਕਾਲਜ ਬੈਠੇ ਆ ਕਾਲਜ ਇੰਜੀਨੀਅਰਿੰਗ ਕਾਲਜ ਚਲਾ ਰਹੇ ਆ ਉਹ ਸਾਰੇ ਮੇਰੇ ਨਾਲ ਸਹਿਮਤ ਹੋਣਗੇ ਕਿ ਫਸਟ ইয়ার ਦਾ ਜਦੋਂ ਰਿਜ਼ਲਟ ਆਉਂਦਾ ਹੈ ਪਹਿਲੇ ਸਾਲ ਪਹਿਲੇ ਸੈਮੈਸਟਰ ਦਾ ਸਭ ਤੋਂ ਜ਼ਿਆਦਾ ਬੱਚੇ ਜਿਹੜੇ ਆ ਉਹ ਕਿਸੇ ਹੋਰ ਵਿਸ਼ੇ ਚ ਨਹੀਂ ਮੈਥ ਚ ਫੇਲ ਹੁੰਦੇ ਆ ਤੋ देयर इज ਅ ਰੀਜ਼ਨ ਸੋ ਸਾਨੂੰ ਚਾਹੀਦਾ ਇਹ ਹੈ ਕਿ ਸਕੂਲਾਂ ਦੇ ਵਿੱਚ ਜਿਹੜੀ ਨਵੀਂ ਨੀਤੀ ਹੈ ਉਹਨਾਂ ਨੇ ਕਿਹਾ ਕਿ ਪਹਿਲੇ 4 ਸਾਲ ਤਿੰਨ ਭਾਸ਼ਾਵਾਂ ਪੜਾਉਣੀਆਂ ਤਾਂ ਸਾਡੀਆਂ ਭਾਸ਼ਾਵਾਂ ਤਾਂ ਨਿਸ਼ਚਿਤ ਹੀ ਹੋ ਗਈਆਂ ਨਾ ਅੰਗਰੇਜ਼ੀ ਪੰਜਾਬੀ ਔਰ ਹਿੰਦੀ ਉਹਦੇ ਨਾਲ ਅਰਥਮੈਟਿਕ ਪੜਾਉਣਾ ਹੈ ਬਾਕੀ ਚੀਜ਼ਾਂ ਆਪਣੇ ਆਪ ਆ ਜਾਣਗੀਆਂ ਇਹਦੇ ਨਾਲ ਮੇਰਾ ਇੱਕ ਹੋਰ ਵੀ ਸੁਝਾਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਮੰਚ ਬੜਾ ਮਹੱਤਵਪੂਰਨ ਹੈ ਮੈਂ ਤੁਹਾਡਾ ਧੰਨਵਾਦੀ ਵੀ ਹਾਂ ਕਿ ਤੁਸੀਂ ਮੌਕਾ ਦਿੱਤਾ ਹੈ ਕਿ ਸਾਨੂੰ ਜਿਹੜੀਆਂ ਸਾਇੰਸ ਨੂੰ ਅਗਰ ਬੱਚੇ ਨੂੰ ਦੇਣਾ ਹੈ ਪੜਾਉਣਾ ਸ਼ੁਰੂ ਕਰਨਾ ਹੈ ਜਾਂ ਉਹਨੂੰ ਥੋੜਾ ਇਤਿਹਾਸ ਪੜਾਉਣਾ ਸ਼ੁਰੂ ਕਰਨਾ ਹੈ ਜਾਂ ਹੋਰ ਚੀਜ਼ਾਂ ਪੜਾਉਣੀ ਸ਼ੁਰੂ ਕਰਨੀਆਂ ਉਹ ਪਾਸ਼ਾ ਦੀਆਂ ਕਿਤਾਬਾਂ ਦੇ ਥਰੂ ਕਰਨਾ ਚਾਹੀਦਾ ਹੈ ਜਦੋਂ ਅਸੀਂ ਛੋਟੇ ਸੀ ਤਾਂ ਅਸੀਂ ਗੁਰੂ ਨਾਨਕ ਜਾਂ ਅਸੀਂ ਸਾਇੰਸ ਬਾਰੇ ਜਾਂ ਐਡੀਸਨ ਬਾਰੇ ਅਸੀਂ ਪਾਸ਼ਾਵਾਂ ਦੀਆਂ ਕਿਤਾਬਾਂ ਤੋਂ ਪਹਿਲਾਂ ਪੜਿਆ ਉਦੋਂ ਸਾਇੰਸ ਚੌਥੀ ਪੰਜਵੀਂ ਛੇਵੀਂ ਤੱਕ ਨਹੀਂ ਹੁੰਦੀ ਸੀ ਸਾਇੰਸ ਜਾ ਕੇ ਬਾਅਦ ਵਿੱਚ ਲਾਗੂ ਹੁੰਦੀ ਸੀ ਪਰ ਸਾਇੰਸ ਨੂੰ ਇੰਟਰੋਡਿਊਸ ਕੀਤਾ ਜਾ ਸਕਦਾ ਸੀ ਇਸੇ ਤਰ੍ਹਾਂ ਤਬਦੀਲੀਆਂ ਦੀ ਹੋਂਦੀ ਲੋੜ ਹੈ ਅੱਜ ਸਾਰੇ ਅਧਿਆਪਕ ਇੱਥੇ ਬੈਠੇ ਆ ਮੈਨੂੰ ਪਤਾ ਹੈ ਅੱਜ ਸਵਾਲ ਪੁੱਛਿਆ ਸੀ ਇੱਥੇ ਜਿਹੜਾ ਮੰਚ ਸੰਚਾਲਨ ਕਰ ਰਹੀ ਸੀ ਕੁੜੀ ਕਿ ਮੋਬਾਈਲ ਦਾ ਕਿੰਨਾ ਕੋ ਪ੍ਰਭਾਵ ਹੈ ਤੁਹਾਡੇ ਤੇ ਮੈਨੂੰ ਸਾਰੇ ਆਪਾਂ ਲੋਕ ਬੈਠੇ ਆ ਮੈਨੂੰ ਦੱਸਿਓ ਕਿਸੇ ਦੇ ਸਕੂਲ ਚ ਮੋਬਾਈਲ ਬਾਰੇ ਦੱਸਿਆ ਜਾਂਦਾ ਬੱਚਾ ਜੰਮਦਾ ਨਹੀਂ ਅਸੀਂ ਉਹਦੇ ਹੱਥ ਚ ਮੋਬਾਈਲ ਫੜਾ ਦਿੰਨੇ ਆ ਇੱਕ ਸਾਲ ਦਾ ਬੱਚਾ 6 ਮਹੀਨੇ ਦਾ ਬੱਚਾ ਅਸੀਂ ਉਹਨੂੰ ਗੇਮ ਜੀ ਲਾ ਦਿੰਨੇ ਆ ਉਹ ਬੱਚਾ ਆਪਣੇ ਆਪ ਗੇਮ ਖੇਡ ਲੈਂਦਾ ਪਰ ਕਿਸੇ ਨੇ ਦੱਸਿਆ ਮੋਬਾਈਲ ਹੁੰਦਾ ਕੀ ਹੈ ਮੋਬਾਈਲ ਦੇ ਫਾਇਦੇ ਕੀ ਹੈ ਨੁਕਸਾਨ ਕੀ ਹੈ ਕਿੰਨੀ ਦੇਰ ਵਰਤਣਾ ਚਾਹੀਦਾ ਬੱਚੇ ਆਪਣੀ ਕਿਤਾਬ ਤੋਂ ਜ਼ਿਆਦਾ ਮੋਬਾਈਲ ਨੂੰ ਆਪਣੇ ਨਾਲ ਰੱਖਦੇ ਆ। ਅਗਰ ਤੁਸੀਂ ਮੋਬਾਈਲ ਦਾ ਟਾਈਮ ਕਿੰਨੇ ਵੀ ਜਿੰਨੇ ਆਪਾਂ ਲੋਕ ਇੱਥੇ ਬੈਠੇ ਆ ਮੋਬਾਈਲ ਟਾਈਮ ਹੈ ਆਪਣੀ ਯੂਨੀਵਰਸਿਟੀ ਚ ਪੁੱਛਦਾ ਹੁੰਨਾ ਕਿਸੇ ਦਾ ਟਾਈਮ 6 ਤੋਂ 8 ਘੰਟੇ ਤੋਂ ਕੱਟਣੀ ਹੈ। ਅਗਰ ਤੁਹਾਡਾ ਮੋਬਾਈਲ ਦਾ ਫੇਸ ਟਾਈਮ ਜੋ ਸਕਰੀਨ ਟਾਈਮ 6 ਤੋਂ 8 ਘੰਟੇ ਆ ਤੁਸੀਂ ਆਪਣੇ ਘਰੇ ਪੜ੍ਹ ਹੀ ਨਹੀਂ ਸਕਦੇ। 6 ਘੰਟੇ ਤੁਸੀਂ ਯੂਨੀਵਰਸਿਟੀ ਲਾਤੇ। 6 ਤੋਂ 8 ਘੰਟੇ ਮੋਬਾਈਲ ਤੇ ਲਾਤੇ ਤੇ ਪੜ੍ਹਨਾ ਕਿਹੜੇ ਵੇਲੇ ਆ? 8 ਘੰਟੇ ਡਾਕਟਰ ਕਹਿੰਦਾ ਸੌਂਜੋ। ਸੋ 6 ਤੇ 6 12 12 ਤੇ 8 20 ਘੰਟਾ 1.5 ਘੰਟਾ ਤੁਸੀਂ ਖ ਖਤਮ ਹੋ ਗਈ ਗੱਲ ਪੜ੍ਹਾਈ ਖਾਈ ਦਾ ਕੰਮ ਖਤਮ ਹੋ ਗਿਆ ਸੋ ਮੈਂ ਸੁਝਾਏ ਦਿਨਾ ਹੁੰਨਾ ਹੈ ਕਿ ਇਹ ਗੱਲਾਂ ਆਪਾਂ ਨੂੰ ਸਕੂਲਾਂ 'ਚ ਕਰਨੀਆਂ ਚਾਹੀਦੀਆਂ ਪਾਠਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਅਸੀਂ ਜਾ ਕੇ 12ਵੀਂ ਤੋਂ ਬੱਚਾ ਆ ਜਾਂਦਾ ਮਾਪੇ ਉਹਨੂੰ ਦੱਸ ਦਿਆ ਵੀ ਤੂੰ ਕੰਪਿਊਟਰ ਸਾਇੰਸ ਕਰ ਲੈ ਤੂੰ ਫਲਾਣਾ ਕਰ ਲੈ ਮੈਂ ਕਹਿੰਨਾ ਕਿ ਅਗਰ ਉਹਦੀ 5ਵੀਂ 6ਵੀਂ ਦੀ ਕਿਤਾਬ ਦੇ ਵਿੱਚ ਕੰਪਿਊਟਰ ਦੇ ਪਾਰਟਸ ਦੱਸੇ ਜਾਣ ਕਾਰ ਆਟੋਮੋਬਾਈਲ ਦੇ ਪਾਰਟ ਦੱਸੇ ਜਾਣ ਜਹਾਜ਼ ਦੇ ਪਾਰਟ ਦੱਸੇ ਜਾਣ ਇਹ ਸਾਰੀਆਂ ਚੀਜ਼ਾਂ ਦੱਸਿਆਂ ਜਾਣ ਇਲੈਕਟ੍ਰੋਨਿਕਸ ਦੱਸੀ ਜਾਵੇ ਵਿਦਆਊਟ ਟੈਲਿੰਗ ਕਿ ਵੀ ਤੂੰ ਇਹ ਕਰਨਾ ਕੀ ਹੈ ਤਾਂ ਬੱਚਾ ਆਪਣੇ ਆਪ ਕਿਉਰਿਓਸਟੀ ਨਾਲ ਅੱਗੇ ਜਾਏਗਾ ਉਹਦੇ ਮਨ ਦੀ ਸੋਚ ਕੀ ਹੈ ਤੁਹਾਨੂੰ ਪਤਾ ਲੱਗ ਜੇਗੀ ਸਕੂਲ ਦੇ ਵਿੱਚ ਬਹੁਤ ਸੁਧਾਰ ਦਾ ਸਕੋਪ ਹੈ ਜੀ ਡਾਕਟਰ ਸਾਹਿਬ ਬੀਇੰਗ ਐਜੂਕੇਸ਼ਨਿਸਟ ਅਗਰ ਮੌਜੂਦਾ ਡਿਸਪੰਸੇਸ਼ਨ ਜੋ ਹੈ ਉਸ ਦੀ ਅਸੀਂ ਜੋ ਇੰਟੈਂਸ਼ਨਸ ਨੇ ਉਸ ਨੂੰ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਸਹੀ ਮੰਨ ਲਈਏ ਤੁਸੀਂ ਕੀ ਸੁਜੈਸਟ ਕਰੋਗੇ ਇਸ ਸਰਕਾਰ ਨੂੰ ਕਿ ਇਹ ਕਰਨਾ ਚਾਹੀਦਾ ਹੈ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਪੰਜਾਬ ਦੇ ਵਿੱਚ ਜੀ ਅਸੀਂ ਸਿਨੈਰੀਓ ਚੇਂਜ ਕਰਨਾ ਹੈ ਪੰਜਾਬ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਲਾਗੂ ਕਰਨ ਯੋਗ ਹੈ ਜਿਹੜੀਆਂ ਸਾਡੀਆਂ ਪਾਠ ਪੁਸਤਕਾਂ ਸਾਡੇ ਦੱਬੇ ਕਿਥੇ ਬੈਠੇ ਆ ਜਿਹੜੇ ਪਾਠਕ੍ਰਮ ਦੀਆਂ ਕਿਤਾਬਾਂ ਅਸੀਂ ਬਣਾਉਨੇ ਆ ਭਾਸ਼ਾਵਾਂ ਦੀਆਂ ਉਹ ਭਾਸ਼ਾਵਾਂ ਦੀਆਂ ਕਿਤਾਬਾਂ ਤੁਸੀਂ ਮੈਨੂੰ ਦੱਸੋ ਕਿ 6ਵੀਂ 7ਵੀਂ ਦੀ ਪੰਜਾਬੀ ਦੀ ਕਿਤਾਬ ਦੇ ਹੀਰਾਂ ਜਾਂ ਪੜਾਉਂਦੀ ਲੋੜ ਕੀ ਹੈ ਹੀਰਾਂ ਜਾਂ ਤਾਂ ਸਾਰੀ ਉਮਰ ਬੱਚੇ ਨੇ ਪੜ੍ਹ ਲੈਣਾ ਉਹਦੇ ਚ ਕਾਰਾਂ ਬਾਰੇ ਕਿਉਂ ਨਹੀਂ ਦੱਸਦੇ ਕੰਪਿਊਟਰ ਬਾਰੇ ਕਿਉਂ ਨਹੀਂ ਦੱਸਦੇ ਹਵਾਈ ਜਹਾਜ਼ ਬਾਰੇ ਕਿਉਂ ਨਹੀਂ ਦੱਸਦੇ ਸੜਕ ਕਿਵੇਂ ਬਣਦੀ ਹੈ ਉਹਦੇ ਬਾਰੇ ਕਿਉਂ ਨਹੀਂ ਦੱਸਦੇ ਰੇਲਵੇ ਲਾਈਨ ਕਿਵੇਂ ਵਿਛਾਈ ਜਾਂਦੇ ਉਹਦੇ ਬਾਰੇ ਕਿਉਂ ਨਹੀਂ ਦੱਸਦੇ ਉੱਚਾ ਲ ਆਉਂਦੇ ਆ ਕਿਵੇਂ ਆਉਂਦਾ ਉਹਦੇ ਬਾਰੇ ਕਿਉਂ ਨਹੀਂ ਦੱਸਦੇ ਅਸੀਂ ਕਿਉਂ ਨਹੀਂ ਦੱਸਦੇ ਅਸਮਾਨ ਦੇ ਵਿੱਚ ਕੀ ਹੈਗਾ ਬਲੈਕ ਹੋਲਸ ਕੀ ਹੁੰਦੇ ਆ ਫਲਾਣੇ ਕੀ ਹੁੰਦੇ ਆ ਵਿਦਆਊਟ ਬਰਡਨਿੰਗ ਦੀ ਮਾਈਂਡ ਆਫ ਦਾ ਚਾਈਲਡ ਆਪਾਂ ਉਹਨੂੰ ਤੇ ਬੋਝ ਨਹੀਂ ਪਾਉਣਾ ਕਿ ਤੂੰ ਇਹ ਪੜ ਕੇ ਇਹਦੇ ਇਹਦੇ ਅੱਗੇ ਕਰਨਾ ਜਿਹਦੇ ਮਨ ਚ ਆਊਗਾ ਉਹ ਆਪੇ ਕਰੂਗਾ ਸਾਨੂੰ ਜਦ ਤੱਕ ਅਸੀਂ ਆਪਣੀ ਪਾਠਕ੍ਰਮ ਦੀਆਂ ਕਿਤਾਬਾਂ ਨਹੀਂ ਬਦਲਦੇ ਜਦ ਤੱਕ ਅਸੀਂ ਆਪਣੇ ਪੜਾਉਣ ਦਾ ਤਰੀਕਾ ਨਹੀਂ ਬਦਲਦੇ ਉਦੋਂ ਤੱਕ ਜੀ ਅਸੀਂ ਪੈਸੇ ਵੀ ਲਾਵਾਂਗੇ ਪੈਸੇ ਲਾਉਣਾ ਇੱਕ ਗੱਲ ਹੈ ਮੈਂ ਨਹੀਂ ਕਹਿੰਦਾ ਕਿ ਪੈਸੇ ਤੁਸੀਂ ਇੱਕ ਹੱਦ ਤੋਂ ਜ਼ਿਆਦਾ ਲਾ ਸਕਦੇ ਹੋ ਇਹ ਲਾ ਹੀ ਨਹੀਂ ਸਕਦੀ ਸਰਕਾਰ ਲੇਕਿਨ ਅਸੀਂ ਜਿਹੜੇ ਢਾਂਚੇ ਦੇ ਵਿੱਚ ਬੁਨਿਆਦੀ ਤਬਦੀਲੀਆਂ ਉਹ ਕਰ ਸਕਦੇ ਆ ਜਿਹੜਾ ਸਕੂਲਾਂ ਦਾ ਪ੍ਰਸ਼ਾਸਨ ਹੈ ਉਹਦੀ ਮੋਨਿਟਰਿੰਗ ਹੈ ਮੈਂ ਕਈ ਵਾਰੀ ਸੁਝਾਅ ਦਿੰਦਾ ਹੈ ਕਿ ਬਹੁਤ ਸਾਰੇ ਸਾਡੇ ਆਰਮੀ ਆਫਿਸਰਸ ਹੈ ਬਹੁਤ ਸਾਰੇ ਹੋਰ ਲੋਕ ਹੈ ਜਿਨ੍ਹਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਲੋਕਾਂ ਨੇ ਆਪਦੀ ਸਰਕਾਰ ਤੇ ਵਿਸ਼ਵਾਸ ਕੀਤਾ ਵਿਸ਼ਵਾਸ ਕਰਕੇ ਇਹਨਾਂ ਦੇ ਹੱਥ ਫੜਾਇਆ ਤੋ ਅਸੀਂ ਕਿਉਂ ਨਹੀਂ ਹਰ ਸਕੂਲ ਦਾ ਕੋਈ ਇੱਕ ਐਡਵਾਈਜ਼ਰੀ ਬੋਰਡ ਬਣਾਉਂਦੇ ਜਿੰਨੇ ਸਰਕਾਰੀ ਸਕੂਲ ਨੇ ਪਿੰਡ ਦੇ ਲੋਕ ਹੋਣ ਪਿੰਡ ਦੇ ਲੋਕ ਵਿੱਚ ਇਨਵੋਲਡ ਹੋਣ ਉਹਨਾਂ ਦਾ ਆਪਣਾ ਵਿੱਚ ਸਟੇਕ ਹੋਵੇ ਜੇ ਉਹਨਾਂ ਦੇ ਬੱਚੇ ਉੱਥੇ ਪੜ੍ਹਨਗੇ ਤਾਂ ਉਹਨਾਂ ਦਾ ਸਟੇਕ ਹੋਊਗਾ ਅਸੀਂ ਇਹਨੂੰ ਇੰਟਰਫੀਰੈਂਸ ਮੰਨਣ ਦੀ ਬਜਾਏ ਉਹਨਾਂ ਸਕੂਲ ਦੀ ਮੋਨਿਟਰਿੰਗ ਕਰਨੀ ਬੜੀ ਜ਼ਰੂਰੀ ਹੈ ਤੋ ਇਹ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਜਿਹਦੇ ਨਾਲ ਅਸੀਂ ਸਕੂਲੀ ਸਿੱਖਿਆ ਨੂੰ ਪਹਿਲਾਂ ਮਜ਼ਬੂਤ ਕਰ ਸਕਦੇ ਹਾਂ ਹਾਇਰ এডਿਊਕੇਸ਼ਨ ਦੇ ਵਿੱਚ ਵੀ ਬਹੁਤ ਸਾਰਾ ਸਕੋਪ ਹੈ ਪਰ ਸਕੂਲੀ ਸਿੱਖਿਆ ਨੂੰ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਮਜ਼ਬੂਤੀ ਦੇਣ ਦੀ ਲੋੜ ਹੈ ਤੇ ਡਾਕਟਰ ਸਾਹਿਬ ਲਾਸਟ ਇੱਕ ਮੈਸੇਜ ਆ ਹੋਰ ਦੇਣਾ ਹੈ ਅੱਜ ਦੇ ਕੰਟੈਕਸਟ ਦਾ ਉਹ ਮੈਂ ਚਾਹੂੰਗਾ ਕਿ ਜਿਹੜੇ ਬੱਚੇ ਇੱਥੇ ਫਰਸਟ ਆਏ ਆ ਪਲੱਸ 2 ਚੋਂ ਫਰਸਟ ਸੈਕੰਡ ਥਰਡ ਪੋਜੀਸ਼ਨਸ ਹੈ ਪਹਿਲੀਆਂ 10 ਪੋਜੀਸ਼ਨਸ ਹੈ ਤੋਂ ਮੰਤਰੀ ਜੀ ਆਏ ਸੀ ਅੱਜ ਕਿਉਂਕਿ ਮੈਂ ਉਸ ਵੇਲੇ ਤਾਂ ਉਹਨਾਂ ਨੂੰ ਕਹਿ ਨਹੀਂ ਸਕਦਾ ਸੀ ਮੈਂ ਕਹੂੰਗਾ ਕਿ ਇਹਨਾਂ ਸਾਰਿਆਂ ਦੀ ਸਿੱਖਿਆ ਟੋਟਲ ਦੀ ਟੋਟਲ ਸਰਕਾਰ ਨੂੰ ਕਰਾਉਣੀ ਚਾਹੀਦੀ ਹੈ ਜਦ ਤੱਕ ਇਹ ਪੜ੍ਹਨਾ ਚਾਹਣ ਜਿੰਨੇ ਵੀ ਟਾਪਰ ਹੈ 10 ਲੈ ਲੈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਨੂੰ ਅਡਾਪਟ ਕਰ ਲੈਣ ਔਰ ਇਹਨ ਜਦ ਤੋ ਤੱਕ ਵੀ ਇਹ ਪੜ੍ਹਨਾ ਚਾਹੁੰਦੇ ਜਿਹੜੀ ਸਿੱਖਿਆ ਵੀ ਲੈਣੀ ਚਾਹੁੰਦੇ ਆ ਭਾਵੇਂ ਮੈਡੀਕਲ ਚ ਜਾਣਾ ਚਾਹਣ ਇੰਜੀਨੀਅਰਿੰਗ ਜਾਣਾ ਚਾਹਣ ਤੋਂ ਅਸੀਂ ਇਹਨਾਂ ਨੂੰ ਇਨਕਰੇਜਮੈਂਟ ਮਿਲਦੀ ਹੈ ਸਵਾਲ ਇਹਦੇ ਚ ਪੈਸੇ ਦਾ ਨਹੀਂ ਹੈ 10-20 ਹਜ਼ਾਰ ਦਾ ਅਗਰ ਤੁਸੀਂ ਇਨਾਮ ਦਿੰਨੇ ਹੋ ਬੜੀ ਵਧੀਆ ਗੱਲ ਹੈ ਪਰ ਬੈਟਰ ਇਹ ਹੈ ਕਿ ਇਹਨਾਂ ਬੱਚਿਆਂ ਨੂੰ ਅਡਾਪਟ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਸਾਇੰਸ ਟੈਕਨੋਲੋਜੀ ਜਿਸ ਪਾਸੇ ਤੁਸੀਂ ਲੈ ਜਾਣਾ ਚਾਹੁੰਦੇ ਹੋ ਜਿਸ ਖੇਤਰ ਦੇ ਵਿੱਚ ਤੁਸੀਂ ਪੰਜਾਬ ਨੂੰ ਅੱਗੇ ਲੈ ਜਾਣਾ ਚਾਹੁੰਦੇ ਹੋ ਉਹਦੇ ਵਿੱਚ ਇਹਨਾਂ ਨੂੰ ਪਾਇਆ ਜਾਵੇ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਐਬੀਪੀ ਸਾਜੇ ਨਾਲ ਗੱਲ ਕਰਨ ਵਾਸਤੇ ਤੇ ਅਲਟੀਮੇਟਲੀ ਜੋ ਡਾਕਟਰ 바ਵਾ ਦਸਰੇ ਸੀਗੇ ਕਿ ਪਬਲਿਕ ਸਪੈਂਡਿੰਗ ਜੋ ਹੈ ਸਟੇਟ ਦੇ ਇੰਟਰਵੈਂਸ਼ਨ ਜੋ ਹੈ ਐਟ ਲੀਸਟ ਜੋ ਪ੍ਰਾਈਮਰੀ ਐਜੂਕੇਸ਼ਨ ਹੈ ਸਕੂਲੀ ਐਜੂਕੇਸ਼ਨ ਹੈ ਉਸ ਦੇ ਵਿੱਚ ਜੋ ਹੈ ਉਹ ਇੱਕ ਸੋਲੂਸ਼ਨ ਹੋ ਸਕਦਾ ਹੈ ਜਿਆਦਾ ਬਜਟਰੀ ਅਲੋਕੇਸ਼ਨ ਜੋ ਹੈ ਸਰਕਾਰਾਂ ਵੱਲੋਂ ਇਸ ਚੀਜ਼ ਤੇ ਉਹ ਜੋ ਹੈ ਇੱਕ ਸੋਲੂਸ਼ਨ ਹੋ ਸਕਦਾ ਹੈ ਜੋ ਐਜੂਕੇਸ਼ਨ ਫੀਲਡ ਦਾ ਜੋ ਸਿਨੈਰੀਓ ਹੈ ਉਸ ਨੂੰ ਚੇਂਜ ਕਰਨ ਵਾਸਤੇ ਬਿਲਕੁਲ ਸਚਿਨ ਡਾਕਟਰ ਬਾਵਾ ਨੇ ਆਪਣੇ ਵੱਡਮੁੱਲੇ ਵਿਚਾਰ ਜਿਹੜੇ এবੀਪੀ ਸਾਂਝਾ ਦੇ ਇਸ ਮੰਚ ਤੋਂ ਸਾਂਝੇ ਕੀਤੇ ਨੇ ਪੰਜਾਬ ਦੇ ਨਾਲ ਤੇ ਹੁਣ ਮੈਂ ਸੱਦਾ ਦਵਾਂਗੀ ਮੰਚ ਤੇ এবੀਪੀ ਸਾਂਝਾ ਦੇ ਸੰਪਾਦਕ ਮਿਸਟਰ ਜਗਵਿੰਦਰ ਪਟਿਆਲ ਨੂੰ ਕਿ ਉਹ ਡਾਕਟਰ ਬਾਵਾ ਨੂੰ ਸਨਮਾਨਿਤ ਕਰਨ ਕਿਉਂਕਿ ਉਹਨਾਂ ਨੇ ਆਪਣੇ ਕੀਮਤੀ ਵਕਤ ਦੇ ਵਿੱਚ ਉਹ ਇੱਥੇ ਪਹੁੰਚੇ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਉਹਨਾਂ ਨੇ ਦੱਸਿਆ ਕਿ ਕਿਵੇਂ ਪੰਜਾਬ ਨੂੰ ਪੜਨਾ ਚਾਹੀਦਾ ਹੈ ਪੰਜਾਬ ਪੜਦਾ ਤੇ ਬਹੁਤ ਹੈ ਦਿਸ਼ਾ ਕੀ ਹੋਣੀ ਚਾਹੀਦੀ ਹੈ ਪੰਜਾਬ ਕਿਵੇਂ ਪੜੇ ਟੈਕਨੀਕਲ ਐਜੂਕੇਸ਼ਨ ਹੈ ਜਿਹੜੀ ਉਹ ਕਿੰਨੀ ਜ਼ਰੂਰੀ ਹੈ ਵਿਦਿਆਰਥੀਆਂ ਦੇ ਲਈ ਸਿਰਫ ਨੰਬਰ ਗੇਮ ਦੇ ਵਿੱਚ ਹੀ ਨਹੀਂ ਪੜਨਾ ਚਾਹੀਦਾ ਵਿਦਿਆਰਥੀਆਂ ਨੂੰ ਕਿਵੇਂ ਸੇਧ ਦਿੱਤੀ ਜਾਵੇ ਇਸ ਬਾਰੇ ਉਹਨਾਂ ਨੇ ਆਪਣੇ ਜਿਹੜੇ ਵੱਡਮੁੱਲੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ